ਸ੍ਰੀਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਮੈਂ ਕਹਿੰਦਾ ਸੀਗਾ, ਮੈਂ ਡੀਪੂ ਜੀ ਕਣਕਾਂ ਹੀ ਪਈ ਆ, ਕਣਕ ਲਿਆਏ ਹੋ ਹੁਣ? ਕੋਈ ਗੱਲ ਨੀ, ਲਿਆਉਂਗੀ, ਮਸ਼ਕਰੀਆਂ ਕਰਦੇ ਸਰਪੰਚਾ, ਕਾਰਡ ਤਾਂ ਮੇਰਾ ਆ ਹੀ ਜਾਊਗਾ ਮਹੀਨੇ ਨੂੰ ਦੋ ਮਹੀਨਿਆਂ ਨੂੰ। ਆ ਜਾਊਗਾ ਹਾਂ, ਹਜੇ ਮਹੀਨੇ ਨੂੰ ਆਊਗਾ। ਕਣਕ ਤਾਂ ਮੈਂ ਡੀਪੂ ਦੀ ਲਊ। ਕੋਈ ਗੱਲ ਨੀ, ਐ ਕਰੀ ਜੀ, ਤੂੰ ਕਾਰਡ ਆ ਗਿਆ ਨਾ, ਮੈਥੋਂ ਮੋਹਰ ਲਵਾ ਕੇ ਲੈ ਜੀ। ਕੋਈ ਗੱਲ ਨੀ, ਆਹੋ ਲਵਾ ਲੂੰਗੀ, ਕਰਦੀ ਆ ਮੈਂ ਚੰਨੀ ਨਾਲ ਗੱਲ, ਜਾਨੀ ਆ ਚੰਨੀ ਕੋਲੇ। ਬਸ ਜਦੋਂ ਕਾਰਡ ਫੜ ਲਏ ਨੇ ਚੰਨੀ ਤੋਂ, ਮੈਥੋਂ ਮੋਹਰ ਲਵਾ ਕੇ ਲੈ ਜੀ। ਕੋਈ ਨਾ, ਉਸੇ ਦੀ ਕਣਕ ਖਾਈ ਹੋਣਾ, ਖਾ ਲੂੰਗੀ ਕਰਦੇ ਆ। ਠੀਕ ਹੈ ਛੇੜ ਜੀ, ਛੇੜ ਕੇ। ਸਤਿ ਸ੍ਰੀ ਅਕਾਲ ਜੀ। ਛੇੜ ਛੇੜ ਕੇ ਲੰਘਦਾ ਜਾਣ ਜਾਣ ਤੇ, ਕਰਦੀਆਂ ਚੰਨੀ ਨਾਲ ਜਾ ਕੇ ਗੱਲ। ਯਾਰ ਘਰੇ ਵੀ ਜੀ ਨਹੀਂ ਲੱਗਦਾ ਯਾਰ, ਹੁਣ ਕੀ ਕਰਾਂ, ਕੋਈ ਆ ਵੀ ਨਹੀਂ ਰਿਹਾ ਰਵੀ ਦੇ ਨਾਲ ਵੀ। ਉਹ ਭਾਗਵਾਨ ਹੈ, ਚੱਲ ਆਉਣਾ ਸੀਗੇ। ਉਹ ਭਾਗਵਾਨ ਹੈ, ਹੋ ਰਿਹਾ ਹੀ ਕੀ ਆ? ਉਹ ਗੱਲ ਸੁਣ ਲਿਆ ਕਰ। ਕੀ ਹੋ ਗਿਆ? ਉਹਦੇ ਸੁਣ, ਉਹ ਬੈਠ ਸੀ, ਤੈਨੂੰ ਗੱਲ ਸੁਣਾਉਣਾ ਯਾਰ। ਤੇ ਆਪਾਂ ਮੇਰਾ ਪਿਓ ਸੀ ਨਾ, ਉਹਦਾ ਪੱਗ ਬੱਟ ਯਾਰ ਸੀ ਮੱਗਰ, ਠੀਕ ਹੈ, ਤੇ ਉਹ ਹੈਗਾ ਬਿਮਾਰ। ਅੱਛਾ, ਤੇ ਮਾੜਾ ਮੈਂ ਪਤਾ ਨਾ ਲਿਆ ਵਾ। ਫਿਰ ਉਹ ਠੀਕ ਹੋ ਜਾਊਗਾ? ਯਾਰ ਠੀਕ ਹੈ, ਬੰਦਾ ਠੀਕ ਹੁੰਦਾ ਤਾਂ ਪਤਾ ਲੈ ਕੇ ਆਉਣਾ ਪੈਂਦਾ। ਲੋੜ ਨਹੀਂ ਕਿਤੇ ਜਾਣ ਦੀ, ਮੈਂ ਆਪੇ ਪਤਾ ਲੈ ਆਉਂ, ਠੀਕ ਆ? ਚੁੱਪ ਕਰਕੇ ਨਾ ਇੱਥੇ ਹੀ ਬਹਿ ਜਾ। ਓ ਯਾਰ ਗੱਲ ਸੁਣ, ਮੈਂ ਸਰਪੰਚ ਜੀ ਖੜਾ ਹੋਣਾ, ਤੈਨੂੰ ਪਤਾ ਪਏਗਾ ਯਾਰ। ਮੈਨੂੰ ਨਹੀਂ ਪਤਾ, ਅੱਗ ਲੱਗੇ ਤੇਰੀ ਸਰਪੰਚੀ ਨੂੰ, ਘਰੋਂ ਬਾਹਰ ਨਹੀਂ ਜਾਣਾ ਹੈਗਾ ਬਸ। ਓ ਯਾਰ ਐਂ ਕਰ, ਮੈਨੂੰ ਤਾਂ ਤਲਾਕ ਦੇ ਦੇ ਭੈਣ ਦੇ, ਮੈਨੂੰ ਯਕੀਨ ਹੀ ਨਹੀਂ ਤੇ ਫਿਰ ਕੀ ਉਹਦਾ ਕੀ ਪਤਾ ਯਾਰ। ਲੈ ਦੇ ਤਲਾਕ, ਲੈ ਲਿਖ, ਦੇ ਮੈਨੂੰ 25 ਲੱਖ ਰੁਪਈਆ ਦੇ। ਓ ਤੂੰ ਤਿਆਰ ਹੀ ਨਹੀਂ ਯਾਰ, ਮੈਂ ਗੱਲ ਸੇ ਮਜ਼ਾਕ ਕਰ, ਤੂੰ ਤਾਂ ਗੱਲ ਸੀਰੀਅਸ ਹੀ ਲੈ ਜਾਂਦੀ ਯਾਰ। 5 ਲੱਖ ਦੀ ਮੇਰੇ ਮਾਤਾ ਨੇ ਪੈਲਸ ਕਰਾਈ ਸੀ ਕੱਲੀ, ਖਾਣ ਪੀਣ ਨੂੰ ਉਹ ਚੀਜ਼ ਤੁਹਾਡੇ ਰਿਸ਼ਤੇਦਾਰਾਂ ਨੇ ਕਦੇ ਦੇਖੀ ਨਹੀਂ ਹੋਣੀ ਜਿਹੜੀ ਅਸੀਂ ਬਣਵਾਈ ਸੀ। ਖਰਾਬ ਦੀ ਉਹ ਕਿਤੇ ਬੱਲੇ ਬੱਲੇ, ਸਾਡੀ ਕੀ ਅਜੀ ਬੱਲੇ ਬੱਲੇ ਹੋਈ ਹੈ? ਬੱਲੇ ਬੱਲੇ ਤੁਹਾਨੂੰ ਖਵਾਇਆ ਸੀ ਚੌਣੇ ਨੂੰ? ਨਾ ਨਾ ਗੱਲ ਸੁਣ ਲੈ, ਤੂੰ ਉਹਦੇ ਤੇ ਉਹ ਕਹਿੰਦਾ ਛੋਟੇ ਸਰਦਾਰਾਂ ਦੀ ਧੀ ਗਈ ਐ ਇਸਤੇ, ਫਿਰ ਤੁਸੀਂ ਆਪਦੀ ਬੱਲੇ ਬੱਲੇ ਕਰਾਈ, ਸਾਡੀ ਕਾਦੀ ਬੱਲੇ, ਸਾਡੇ ਖਾ ਕੇ ਬਰਾਤੀ ਹੋ ਰਿਹਾ, ਛੋਟੇ ਪਰਾਤਨਾ ਤੋਂ ਕਿਹੜੇ ਛੋਟੇ ਰਿਸ਼ਤੇਦਾਰ ਸੀ ਭੈਣ ਦੇ, ਕੁਛ ਨਹੀਂ ਛੱਡੇ, ਪਕੌੜਾ ਨਹੀਂ ਖਾਦਾ ਮੈਂ ਇੱਕ ਵੀ। ਬੇ ਆਪਦੇ ਵਿਆਹ ਚ ਕੌਣ ਖਾਂਦਾ ਹੁੰਦਾ, ਹਲਕੇ ਹੋਇਆ ਆਪਦੇ ਵਿੱਚ ਕੌਣ ਖਾਂਦਾ ਹੁੰਦਾ? ਕੌਣ ਖਾਂਦਾ, ਮੈਨੂੰ ਭੁੱਖ ਲੱਗੀ ਜੀ, ਮੈਂ ਭੁੱਖਾ ਮਰਦਾ, ਮੈਂ ਇੱਕ ਮੇਰੇ ਵਾਸਤੇ ਲਿਆਂਦੇ ਬੇਟਰ, ਸੜਾ ਬੇਟਰ ਲਾਦਾ ਭੈਣ ਦਾ ਨਾ ਮੂੰਹ ਦੇ, ਉਹ ਕੀ ਆ ਗਿਆ ਇੱਕ ਬੇਟਰ ਸੀ, 50 ਬੇਟਰ ਸੀ ਸਾਡੇ ਸੀ ਭੈਣ, ਇਹ ਬੇ ਪ੍ਰਾਂਤ ਰੋਣਾ ਵੀ ਮਾੜਾ ਮੋਟਾ ਵੀ ਚੱਜ ਦਾ ਬੇਟਰ ਲਿਆਓ, ਮਾਂ ਤਰੋਣਾ ਸਾਨੂੰ ਕੀ ਪਤਾ ਤੀ, ਕੱਦ ਬਾਲਾ ਲੰਬਾ ਨਾ ਤਰਾ, ਕੱਦ ਹੀ ਕੱਦ ਕੀ ਲਾਇਆ ਤੇ ਦੇਖ ਲਿਆ, ਕੁੜੀ ਨਾ ਦਿੰਦੇ ਉਹਦਾ ਨਾ, ਕੱਦ ਦੇਖ ਕੀ ਹੋ ਗਿਆ, ਉਹ ਅੱਖਾਂ ਫੁੱਟੀਆਂ ਸੀ। ਮੈਨੂੰ ਕੀ ਪਤਾ ਤੀ ਮੇਰਾ ਪਿਓ ਇਹ ਜਿਹਾ ਡੀਬੂਗਾ ਮੈਨੂੰ? 10 ਕਿੱਲਿਆਂ ਦੇ ਡੁੱਲ ਗਏ ਤੁਸੀਂ? ਹਾਂ, ਜਿਹੜਾ ਛੜਾ ਹੋਇਆ ਮਲਾਂਦਾ ਕਦੇ ਕੀਜੀ ਤਿਮੀ ਕੀ ਨਹੀਂ ਝਾਕਦਾ ਫਿਰਦਾ, ਕਦੇ ਕੀਜੀ ਤਿਮੀ ਕੀ ਨਹੀਂ ਝਾਕਦਾ ਫਿਰਦਾ, ਮੈਂ ਤਾਂ ਸਰਪੰਚ ਬਣਦਾ ਭਾਇਆ, ਗਰੰਟਾ ਦੋ ਤੀਜ ਮੈਨੂੰ ਤਾਂ ਆ ਬੰਨੇ ਹੱਥ, ਸਰਪੰਚ ਬਣਨ ਦੀ ਲੋੜ ਨਹੀਂ, ਮੈਂ ਤਾਂ ਤੈਨੂੰ ਮੈਂਬਰ ਵੀ ਨਹੀਂ ਬਣਾਉਂਦੀ ਹੈਗੀ, ਚੁੱਪ ਕਰਕੇ ਇੱਥੇ ਹੀ ਬਹਿ ਜਾ। ਆਹੋ ਚੰਦਰੀ ਚ ਤੀਵੀ ਨਾ ਵਾਹ ਪੈ ਗਿਆ ਤੇਰੇ ਨਾਲ, ਪਰ ਮੈਂ ਹੁਣ ਲਿਆਂ ਦੋ ਚੰਗੀ ਤੀਵੀ ਬੱਚਾ ਚੰਦਰੀ ਤੀਵੀ ਦਾ, ਬਾਪੂ ਨੇ ਤੇਰੇ ਨਾ ਦੋਸਤ ਨਾ, ਮੈਂ ਤਾਂ ਛੱਡ ਹੀ ਦਿੰਦਾ ਹੁਣ, ਮੈਂ ਬਾਅਦ ਪਿਓ ਕਰਕੇ ਚੁੱਪਾਂ ਬਸ, ਚੁੱਪਾਂ ਤੂੰ ਬੇ, ਤੈਨੂੰ ਕੁੜੀ ਦਿੰਦਾ ਕੌਣ ਆ ਟਿੰਡੇ ਜਿਹਨੇ, ਤੈਨੂੰ ਕੁੜੀ ਦਿੰਦਾ ਕੌਣ ਹੈ? ਓ ਮੈਂ ਅੱਗੀਆਂ ਪਈਆਂ, ਤੂੰ ਕੱਟ ਕੇ ਜਾ ਬੇ, ਮੈਂ ਹੀ ਚੰਗੀ ਆ ਜਿਹੜੀ ਤੇਰੇ ਬਸ ਗਈ, ਤੇਰੇ ਹੋਰ ਕੋਈ ਰਹਿੰਦੀ ਵੀ ਨਹੀਂ, ਆ ਰਹਿੰਦੀ ਨਹੀਂ, ਆਹੋ ਜਿੰਨ ਦੇ, ਹਾਂ ਮੈਂ ਹੀ ਸੌਖੀ ਔਖੀ ਆ ਜਿਹੜੀ ਸਬਰ ਕਰੀ ਬੈਠੀ ਐ ਏਡੇ ਏਡੇ, ਤੂੰ ਛੱਡ ਤਾਂ ਸੀ, ਬਸੰਤ ਲੈਣਾ ਲੱਗੀਆਂ ਪਈਆਂ। ਕੀ ਕਹੀ ਜਾਂਦਾ? ਉਹ ਮੈਂ ਕਿਹਾ ਮੈਂ ਬਸੰਤ ਤੇ ਤੂੰ ਹੀ ਆ ਬਸ ਸਰਦਾਰ ਨਹੀਂ ਕੱਲੀ ਮੇਰੀ, ਉਹ ਮੈਂ ਉਹ ਦੱਸਾ ਕੀ ਗੱਲ ਆ, ਮੈਂ ਸਰਪੰਚ ਬਣੂਗਾ, ਤੈਨੂੰ ਸਰਪੰਚ ਨਹੀਂ, ਸਰਪੰਚ ਨੇ ਕਿਆ ਕਰਨਗੇ ਪਿੰਡ 'ਚ, ਜਿੱਦੇ ਮੇਰਾ ਜੀ ਕਰੇ ਨਾ ਸਰਪੰਚ ਨਹੀਂ ਕਹਾਉਣ ਨੂੰ, ਮੈਂ ਆਪੇ ਖੜੀ ਹੋ ਜੂ ਵੋਟਾਂ 'ਚ, ਬੇ ਤੇਰੇ ਸਿਰ ਤੇ ਨਹੀਂ ਮੈਂ ਸਰਪੰਚ ਨਹੀਂ ਕਹਾਉਂਦੀ, ਤੇਰੇ ਸਿਰ ਤੇ ਸਰਪੰਚ ਨਹੀਂ ਬਣ ਗਈ ਵੀ ਲੋਕ ਰੋੜੇ ਮਾਰਨਗੇ ਇੱਟਾਂ, ਆਹੋ ਨਾਰੀਆਂ ਦੀ ਚੀਕ ਡੇਗਿਆ ਕਰਨਗੇ ਮੇਰੇ ਤੇ। ਕਿਉਂ? ਤੇ ਤੈਨੂੰ ਪਤਾ ਨਹੀਂ ਤੇਰੇ ਲੱਛਣ ਕਹੇ ਜੇ ਨੇ। ਮੇਰੇ ਲੱਛਣ ਕੀ ਹੈ? ਲੱਛਣ ਮਾੜੇ ਨੇ ਤੇਰੇ। ਯਾਰ ਤੂੰ ਸ਼ੱਕ ਦਿੱਤੀ, ਯਾਰ ਹਰ ਹਰ ਤੀਵੀਂ ਐ ਕਿਉਂ ਕਰਦੀ ਹੁੰਦੀ ਆ, ਤੂੰ ਐ ਕਿਉਂ ਕਰਦੀ? ਹਰ ਤੀਵੀਂ ਨਹੀਂ ਕਰਦੀ, ਕੱਲੀ ਮੈਂ ਕਰਦੀ, ਸਾਰੇ ਪਿੰਡ ਚ ਕਿਉਂ ਤੂੰ ਬੇਲੇਕ ਆ? ਆਹੋ ਉਹ ਮੇਰੀਆਂ ਤਰੀਫਾਂ ਨਹੀਂ ਕਰਦੇ ਲੋਕ, ਤਰੀਫਾਂ ਨਹੀਂ ਕਰਦੇ ਉਹ ਲੋਕ, ਮੇਰੇ ਕੋਲ ਲੈਣ ਵਾਲਾ ਕੰਮ ਕਰਾਉਣ ਵਾਲੇ ਆਉਂਦੇ ਸਾਰੇ, ਤੂੰ ਹੀ ਨਹੀਂ ਕੱਲੀ ਉਹ ਕਰਦੀ। ਬੇ ਮੈਂ ਜਾਣਦੀ ਆ, ਉਹ ਜੇ ਮੈਂ ਤੈਨੂੰ ਕੁੱਟਣ ਲੱਗ ਗਿਆ ਨਾ, ਫਿਰ ਲੋਕਾਂ ਨੂੰ ਵੀ ਡਰ ਲੱਗਦਾ, ਉਹਦੇ ਕਹਿ ਕਹਿਣਗੇ ਤੀਵੀਂ ਕੁੱਟ ਪ੍ਰਧਾਨ ਹੈ। ਬਸ ਤੂੰ ਬਹਿ ਜਾ ਬਹਿ ਜਾ, ਤੂੰ ਮੈਨੂੰ ਹੱਥ ਤਾਂ ਲਾ ਕੇ ਦਿਖਾ, ਉਹ ਗੋਡਿਆਂ ਥੱਲੇ ਲੈ ਲੂੰ ਮੈਂ, ਲੱਤ ਲਾਉਣ ਲਾ ਲਾਤਾ, ਆ ਚੱਕ ਫਿਰ। ਓ ਤੂੰ ਤਾਂ ਬਰਾਬਰੀ ਧਰਦੀ ਆ, ਰਹਿਣ ਦੇ ਯਾ, ਭਾਗ ਜਾ ਯਾਰ, ਤੂੰ ਸਿਰ ਦੁਖਲਾ। ਮੈਂ ਨਹੀਂ ਜਾਂਦੀ, ਮੇਰੇ ਘਰ ਬਾਹਰ ਹੋ ਜਾਊਗਾ, ਇੱਥੇ ਮੈਂ ਰਹਿ ਰਿਹਾ ਕਿ ਬਾਹਰ ਹੋ ਜਾਊਗਾ, ਫਿਰ ਡਾਕਟਰਾਂ ਕੋਲ ਚੱਕੀ ਫਿਰੇਗੀ। ਮੈਂ ਕੀ ਕਰਾਂ ਬੇ ਤੇਰਾ, ਵੇ ਰੱਬਾ ਵੇ, ਮੇਰੀ ਫੁੱਟ ਗਈ ਕਿਸਮਤ, ਜਿਹੜਾ ਟਿੰਡਾ ਮੇਰੇ ਵਾਸਤੇ ਧਰਿਆ ਪਿਆ ਸੀ, ਕੋਈ ਹੋਰ ਬੰਦਾ ਨਹੀਂ ਨਮੂਨਾ ਤੈਨੂੰ ਲੱਭਿਆ? ਉਹ ਤਾਂ ਤੂੰ ਵਰਤ ਰੱਖਦੀ ਸੀ ਮੇਰੇ ਵਾਸਤੇ,
तेरे वास्ते वर्त मैं तो 3 साल हो गए वर्त छड़े नूं गल कर मैं चूड़ा चाड़ा पाउण दी मारी नवा सूट लेण दी मारी ओ तो नहीं पहला भी मेरा घर चंगा आया वर्त रखे स्पेशल बाबे ने भेजा भी मैं तां रज्जी त्या ही तेरे वर्त रख के मैं नहीं कहती भी बाबा तेरे वर्गा माड़ा बंदा नहीं मैं कहती भी चंगा होवे जेड़ा मेरे तो बिना किसी कंजरी नूं देखे ना मैं देखदा किथे आ ओ कम कराउणा बग जाओ मेरी गल सुन ला मैं बारे च पथिया पथिया मां निगाह रखी घर दी ओ निगाह ही आ बाहर नहीं जाना घर तो तेरी लत्ता तोड़ दूं मैं ओ भाग जा इधर नहीं जांदी इधर मारूं फिर इधर भाग जा भाग ते जा जड़ा तेरी जान औखी होगी मेरे तो भाग जा यार ब्याह दे दिन तक गड्डी च हाथ नहीं छड्या चोरा मेनू की पता तू ऐ जी निकलेगी बेलकी भैन की आ कुट नहीं साला जेनु कुटदा ऐ समझ ले कां जनानी नु कुट ले कंद नु कुट ले इको बराबरी है ए कड़ा सांझे ठेठ हो बद प्रधान जी करी हो ओए किधर आ गई हो पाए इतरे चड़ेल करती ओए आ जा भैया आके न गया आ जा भैया आ भैया सत श्री अकाल प्रधान जी सत श्री अकाल पप्पी और कैसे ठीक है हां हां ठीक हां सारे ठीक है परिवार हां हां बढ़िया चन्नी ते आज किवें दर्शन दते दर्शन हुन तेनु पता ही है मेनू की पता कार्ड दस मेरा ओ कार्ड हां कार्ड तो दसया देगा जी मैं चल आया भद्र ओने मोदी ने सीधे चलाया रेल गड्डी आऊगा ला हद हो गई तेरी चन्नी इन्ने दिन निकल गए ओ दिन की 20 दिन होया जे तू हौसला भी रखा कर ना ते 20 दिन थोड़े होंदे ने सरपंच ने मेरा जीना दुब्बर करके जिथे टक्करदा उथे कार्ड दी गल छेड़दा ओ सरपंच दा ही ना को गजत करना पौगा कोई गल नहीं ऐद के सरपंच तेनु मैं आके मेनू जित जान दे कोई गल नहीं इहनू सरपंच नु ना नालियां कड्डण ते भी लाऊंगा मेनू मेरे साले नु ਬੇ ਜਿਤਾਉਂਗੀ ਤਾਂ ਤੈਨੂੰ ਹੀ ਚੰਨੀ ਹਾਂ ਫਿਰ ਕਾਰਡ ਕੋਈ ਨਾ ਬਣਾ ਲਓ ਡਬਲ ਬਣਾ ਲਓ ਕਾਰਡ ਕੋਲ ਤੇ ਨਾ ਚੱਲਾ ਕਾਰਡ ਤੈਨੂੰ ਇੱਕ ਆਣ ਮੋਦੀ ਵਾਲੀ ਸਕੀਮ ਆਈ ਹੈ ਇੱਕ ਤੇ ਆ 5 ਮਰਲੇ ਮਿਲਦੇ ਆ ਅੱਛਾ ਇੱਕ ਸਕੀਮ ਇਹ ਆਈ ਹੈ ਤੇ ਇੱਕ 5 ਮਰਲੇ ਇੱਕ 2000 ਆ 2000 ਦਾ ਕਾਰਡ ਮੈਂ ਤੇ 6 ਮਹੀਨੇ ਆਉਂਦੀ ਹੈ ਬੇ ਮੇਰੀ ਗੱਲ ਸੁਣ ਤੂੰ ਸਕੀਮ ਲਾ ਕੇ ਤੂੰ ਹੀ ਨਾ ਮੇਰੇ ਤੇ ਸਕੀਮਾਂ ਲਾਈ ਜਾਈ ਉਹ ਭਾਬੀ ਪਹਿਲਾਂ 5 ਦਿਨ ਆ ਗਿਆ ਉਹ ਮੈਂ ਇਹ ਕੰਮ ਨਹੀਂ ਕਰਦਾ ਕੁੱਤਾ ਮੈਂ ਤੈਨੂੰ ਪਹਿਲਾਂ ਕੀ ਕਿ 5-5 ਹਜ਼ਾਰ ਉਹ 10 ਲਏ ਇਹ ਅੱਜ ਤੋਂ ਬਾਅਦ ਮੈਨੂੰ ਨਾ ਗਈ ਪਾ ਮੈਂ ਤਾਂ ਕਹੂੰਗੀ ਇੱਕ ਤੇ ਇੱਕ ਧਰ ਕੇ 5 ਦਿੱਤੇ ਤੈਨੂੰ ਮੈਨੂੰ ਥੋੜੀ ਦੇ ਸੈਕਟਰੀ ਨੂੰ ਦਿੱਤਾ ਦੂੰ ਜਿਹਨੂੰ ਮਰਜ਼ੀ ਦਿੱਤਾ ਮੈਂ ਇੱਥੇ ਤਾਂ ਤੂੰ ਲੈ ਕੇ ਆਇਆ ਸੀ ਨਾ ਇਹ ਕੰਮ ਨਹੀਂ ਆ ਬੇ ਮੈਂ ਮਰ ਜਾ ਬੇ ਮੈਂ ਪਾਥੀਆਂ ਕੀ ਪੱਥਰ ਚਲ ਗਈ ਹੈ ਜੇ ਮੈਂ ਤੈਨੂੰ ਇਸ ਤਰ੍ਹਾਂ ਬਾਹਰ ਨਹੀਂ ਜਾਣ ਦਿੱਤਾ ਫਿਰ ਤੂੰ ਤੀਵੀਆਂ ਨੂੰ ਘਰੇ ਬੁਲਾਉਣ ਲੱਗ ਗਿਆ ਰੱਬ ਆਏ ਦੇ ਜੜੋ ਉਹ ਗੱਲ ਸੁਣ ਲੈ ਗੱਲ ਸੁਣ ਲੈ ਇਹ ਤਾਂ ਉਹ ਕਾਰਡ ਬਣਾਉਣ ਆਈ ਆ मैनू की पता सी तू बाड़े च गई है मैं तो आपके काम आई हां चिप्पी तो बैठी थी नाल परौने दे ਲੈ ਕੁੜੇ ਕਿਹੜੇ ਕਿਹੜੇ ਕੰਮ ਲਾਈ ਜਾਂਦੀ ਐ ਮੈਂ ਸਾਰੀਆਂ ਭਾਬੀਆਂ ਨੂੰ ਜਾਣਦੀ ਤੇਰੀ ਕੱਲੀ ਕੱਲੀ ਭਾਬੀ ਨੂੰ ਜਾਣਦੀ ਤੈਨੂੰ ਵੀ ਜਾਣਦੀ ਵੱਡੇ ਦਿਓਰ ਨੂੰ ਹਾਂ ਮੈਂ ਮਰ ਜਾ ਬੂ ਵੇ ਲੋਕੋ ਗੰਦੀ ਤੀਵੀਂ ਕਹੇ ਜੇ ਇਲਜ਼ਾਮ ਲਾਉਂਦੀ ਐ ਕਰਦਾ ਮੇਰੇ ਘਰੇ ਕਿ ਮੈਨੂੰ ਗੰਦੀਆਂ ਪਰਖਦੀ ਐ ਗੰਦੀ ਤਾਂ ਤੂੰ ਆ ਕੱਲੇ ਬੰਦੇ ਲੈ ਬੈਠੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਆਪਦੇ ਕੰਮ ਆਈ ਆ ਮੈਂ ਕੰਮ ਪੁੱਛਣ ਤੋਂ ਬੈਠੂਗੀ ਕੀ ਕੰਮ ਆਈ ਐ ਮੇਰਾ ਕਾਰਡ ਦੱਸੋ ਕਿੱਥੇ ਕਣਕ ਵਾਲਾ ਮੈਂ ਤਾਂ ਇਹਨੂੰ ਕਾਰਡ ਦੇ ਪੈਸੇ ਦਿੱਤੇ ਹੋਏ ਨੇ ਨਹੀਂ ਕਾਰਡ ਨੂੰ ਤੇਰੇ ਅੱਗ ਲੱਗੀ ਐ ਬੇ ਚੁੱਪ ਕਰ ਜਾ ਬੇ ਕਾਰਡ ਨੂੰ ਕੀ ਹੋਇਆ ਤੇਰੇ ਕੀ ਹੋਇਆ ਹੈ ਮੁੰਡੇ ਤੇਰੇ ਬਾਹਰ ਗਏ ਆਏ ਨੇ ਕੁੜੀ ਤੇ ਬਾਹਰ ਭੇਜੀ ਹੋਈ ਐ ਤੇ 10 ਕਿੱਲੇ ਜ਼ਮੀਨ ਦੇ ਲੈ ਰਹੀ ਆ ਭੁੱਖੀ ਮਰਦੀ ਐ ਤੂੰ ਨਹੀਂ ਫਿਰ ਤੇਰਾ ਕਿ ਢਿੱਡ ਮੱਚਦਾ ਜਿੱਥੇ ਦੁਨੀਆ ਖਾਈ ਜਾਂਦੀ ਐ ਮੈਂ ਸਰਕਾਰ ਨੂੰ ਖਾ ਲੂ ਫਿਰ ਕੀ ਹੋ ਜੂ ਐਨੇ ਐਨੇ ਕਿੱਲੇ ਵਾਲੇ ਨੂੰ ਨਹੀਂ ਸਰਕਾਰ ਐ ਖਮਾਉਂਦੀ ਬੇਲੀ ਬੈਠੀ ਤੇਰੇ ਵਾਸਤੇ ਸਰਕਾਰ ਤੇ ਤੂੰ ਬੇ ਲੈ ਗਿਆ ਤੂੰ ਕਾਰ ਐਨੂੰ ਕੁੱਤਾ ਨਹੀਂ ਜਾਣਦਾ ਹੈਗਾ ਗਲੀ ਦਾ ਨੋ 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 ਨਹੀਂ ਜਾਣਦਾ ਚੁੱਪ ਕਰ 5000 ਰੁਪਏ ਲੈਤਾ 5000 ਐ ਤੂੰ 5000 ਰੁਪਏ ਲੈਤਾ हां किन्ने रुपए दित्ते सी तैनु मैं 5 दित्ते पणे कार्ड बनाउन नु 5000 किथे ओ दी मां ओए बेरो अब दे खाया थोड़ी लेके सेक्टरी दित्ता गल सुन ले पणे साडे घर नु बख्श दो भाई बख्श दो एनु काला कुत्ता नहीं जानदा गली दा काला कुत्ता एदी किथे जान पहचान नहीं पैसे किथे है वे ओ मैं थोड़ी ले सेक्टरी नु दित्ते आ 5000 रुपया बे गल सुन बे प्रधान बंदा भी नहीं जानते
ਹੁਣ ਮੈਂ ਮਰ ਜਾ ਮੈਨੂੰ ਤਾਂ ਲੱਗਦਾ ਮੈਨੂੰ ਠੱਗ ਗਿਆ 5000 ਚ ਓਏ ਆਪਾਂ ਵੀ ਕਮਾਲ ਇਹ ਤੇ ਹੈ ਹੀ ਹੈ ਜੀ ਬੇਲ ਕੀ ਇਹਦੀ ਨਾ ਗੱਲ ਸੁਣਿਆ ਕਰ ਸੁਣ ਇਹ ਬੇਲ ਕੀ ਹੈ ਕੀ ਕੰਨਾਂ ਚ ਗੱਲ ਗੱਲ ਸੁਣਿਆ ਕਰ ਬਸ ਤੂੰ 5000 ਵਾਪਸ ਲੈ ਲੂ ਚੁੱਪ ਕਰ ਲੈ ਲੈ ਦੇ ਮੇਰਾ ਮੈਨੂੰ ਕਿਹੜਾ ਦਿੱਤਾ ਵੀ ਦੇ ਕੀ ਵੀ ਤਾਂ ਕਿਹੜੀ ਤੀਵੀਂ ਨੂੰ ਖਵਾ ਕੇ 5000 ਰੁਪਿਆ ਹਾਏ ਜੀ ਮੈਂ ਮਰ ਜਾ ਕੇ ਕੰਨਾਂ ਚ ਗੱਲਾਂ ਕਰਦਾ ਦਿਮਾਗ ਕੇ ਲਿਆ ਹੈ ਦਿਮਾਗ ਕੇ ਲਿਆ ਹੈ ਸੱਚੀ ਹਾਂ ਤੂੰ ਕੋਈ ਦਵਾਈ ਦੂਈ ਦਵਾ ਦੇ ਨੂੰ ਦਵਾਉਂਗਾ ਮੈਂ ਬੇ ਕੀ ਕਹਿਣਾ ਹੈ ਉਹ ਮੈਂ ਕਹਿੰਦਾ ਇਹਦਾ ਦਿਮਾਗ ਕੇ ਲਿਆ ਹੋਇਆ ਕਿਹਦਾ ਇਹਦਾ ਭਾਬੀ ਦਾ ਇਹ ਤਾਂ ਕਿ ਮੈਂ ਮੈਂਟਲ ਹੋਇ ਤੇ ਪੈਸਾ ਵਾਲਾ ਆਇਆ ਪਿਆ ਇਹਨੂੰ ਪੈਸਾ ਵਾਲਾ ਹੋ ਗਿਆ ਦਿਮਾਗ ਕੇ ਲੈ ਗਿਆ ਤਾਂ ਵਿਚਾਰੀ ਦਾ ਮੈਂ ਤਾਂ ਡਰ ਗਈ ਗਰੀਬਾਂ ਇਹ ਕਿਵੇਂ ਗਰੀਬ ਉਹ ਗੱਲ ਸੁਣ ਲੈ ਬੰਦੇ ਨੂੰ ਕਦੋਂ ਕਦੋਂ ਜ਼ਿਆਦਾ ਪੈਸਾ ਆ ਜਾਂਦਾ ਬੰਦੇ ਦਿਮਾਗ ਨਹੀਂ ਕਰਦੇ ਜਿੰਨਾ ਰੱਬ ਦਿੰਦਾ ਦਿੰਦਾ ਛੱਪੜ ਪਾੜ ਕੇ ਤੇ ਲੈਂਦਾ ਲੱਪੜ ਮਾਰ ਕੇ ਉਹ ਗੱਲ ਹੋਈ ਵੀ ਇਹਦੇ ਨਾਲ ਪੈਸਾ ਜ਼ਿਆਦਾ ਹੋ ਗਿਆ ਦਿਮਾਗ ਕਿਲੇ ਗਿਆ ਹੁਣ ਕਿਹੜੇ ਗਰੀਬਾਂ ਵਾਲੀਆਂ ਸਹੂਲਤਾਂ ਉਹ ਲੈਂਦੀ ਫਿਰਦੀ ਹੈ ਤੇ ਇੱਕ ਇਹਨੂੰ 2000 ਰੁਪਏ ਵਾਲਾ ਮੋਦੀ ਵਾਲਾ ਆਉਂਦਾ ਇੱਕ ਤੇ ਉਹ ਦਵਾਉਣਾ ਤੂੰ ਕਿੱਥੋਂ ਦਵਾ ਰਿਹਾ ਕੁਛ ਉਹ ਮੇਰੀ ਸਰਪੰਚ ਨਾਲ ਸਿੱਟੀ ਆ ਮੇਰੀ ਯਾਰ ਕਿਹੜੇ ਸਰਪੰਚ ਨਾਲ ਸਰਪੰਚ ਤੇਰੇ 20 ਮਾਰਦਾ ਖੌਂਸੜੇ ਮੇਰੇ ਸਾਹਮਣੇ ਮਾਰੇ ਨਹੀਂ ਮੇਰੀ ਚੁਗਲਾ ਕਿਤਰੀ ਕਿੰਨੀ ਬੇਇੱਜ਼ਤੀ ਕਰੀ ਉਹਨੇ ਉਹ ਤੇ ਜਾਣ ਕੇ ਮਜ਼ਾਕ ਕਰਦਾ ਉਹ ਆਹਾ ਕਰਦਾ ਮਜ਼ਾਕ ਤੇਰੇ ਨਾਲ ਉਹ ਯਾਰ ਮੈਨੂੰ ਬਾਹਰਲੇ ਕੀ ਪੁੱਛਣਗੇ ਤੂੰ ਮੇਰੇ ਘਰ ਵਾਲੀ ਮੇਰੇ ਵੋਟਾਂ ਤੋੜੀ ਜਾਨੀ ਤੂੰ ਤੂੰ ਕਹਿ ਦੇ ਭਾਈ ਸਾਡੇ ਘਰੇ ਨਾ ਕੋਈ ਤੀਮੀ ਆਇਆ ਕਰ ਤੈਨੂੰ ਵੱਡੂ ਮੈਂ ਵਿੱਚੇ ਨੂੰ ਵੀ ਵੱਢ ਦੂੰ ਕਦੇ ਟੋਬੇ ਵਾਲੀ ਵੇ ਤੇ ਤੂੰ ਆਪਾਂ ਵੀ ਚੱਲ ਮੈਂ ਤੂੰ ਮੈਨੂੰ ਕਿਵੇਂ ਵੱਢਦੀ ਨਹੀਂ ਮੈਂ ਤੇਰੇ ਦੇਣਾ ਕੁਛ ਕਿਉਂ ਫਿਰ ਸਾਡੇ ਘਰੇ ਆਈ ਕੀ ਕਰਨਾ ਤੂੰ ਮੈਂ ਤਾਂ ਆਉਂ ਆਪਦੇ ਕੰਮ ਧੰਦੇ ਆਉਂ ਕੰਮ ਧੰਦੇ ਆਪਦੇ ਬਾਹਰੇ ਨੇ ਵੇੜਿਆ ਕਰੋ ਸਾਡੇ ਘਰੇ ਆਉਣ ਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਵਗ ਜਾਨੀ ਆ ਬਣ ਜੇ ਸਰਪੰਚ ਤਾਂ ਹੀ ਤਾਂ ਪਵਾਲੀ ਸਰਪੰਚ ਨਹੀਂ ਆ ਫੁੱਲਾਂ ਦਾ ਹਾਰ ਤੂੰ ਦੇਖੀ ਨਾਲੇ ਸਰਪੰਚ ਨਹੀਂ ਮੈਂ ਤੇਰੇ ਹਿੱਕ ਤੇ ਦੀਵਾ ਬਾਲੂ ਮੈਂ ਕੀ ਲੱਛਣ ਕਰਦੀ ਆ ਤੂੰ ਬਣਾ ਮੈਂਗੀ ਸਰਪੰਚ ਨਹੀਂ ਤੇਰੇ ਸਿਰੇ ਵੋਟਾਂ ਪੈਣਗੀਆਂ ਪੁੱਛਦਾ ਨਹੀਂ ਕੋਈ ਵਿੱਚਦਾ ਨਹੀਂ ਇਹਨੂੰ ਕੋਈ ਨਾ ਮੈਂ ਸੋਚਣਾ ਕਰ ਮੈਂ ਆਪੀ ਬਣਾ ਦੂੰ ਤੈਨੂੰ ਸਰਪੰਚ ਉਹ ਸਰਪੰਚ ਤੇ ਬਣਾ ਲਈ 5000 ਕੌਣ ਦੇਊਗਾ ਮੈਨੂੰ ਕਿਹੜਾ ਫੜਾਇਆ ਲੈ ਫੜਾ 5000 ਤਾਂ ਮੈਂ ਮਾ ਖਾ ਗਿਆ ਹੁਣ ਤੂੰ ਬਾਗੀ ਸੇ ਤੇ ਕੇ ਪਿੰਡ ਗਈ ਹੋਈ ਸੀ ਪਿੰਡ ਤੂੰ ਕੀ ਕੀਤਾ 5000 ਦਾ ਜਿਹੜੇ ਫੋਨ ਤੇ ਡੇ ਕੇ ਪੈਗ ਲਾ ਲਿਆ ਸੀ ਪੈਗ ਕਰਨ ਲਾ ਲਿਆ ਟੋਬੇ ਵਾਲੀ ਦਾ ਮੜ ਕੇ ਆਉਣਾ ਤੂੰ ਉਹ ਬਾਗੀ ਸੂਤ ਤੇ ਮੈਂ 15 ਦਸੰਬਰ ਜਾ ਰਿਹਾ ਹੁਣ ਇੱਕ ਤੇ ਰਵੀ ਸੀ ਉਹ ਜਿਹੜੀ ਮਾਸਟਰ ਨਹੀਂ ਆ ਉਹਨੂੰ ਦੇ ਆਇਆ ਹੁਣ ਹੁਣ ਉਸੇ ਨੂੰ ਡੰਮ ਕੇ ਆਇਆ ਸਾਰਾ ਪਤਾ ਮੈਨੂੰ ਮਾਸਟਰ ਕਿਹੜੀ ਮੈਨੂੰ ਉਹ ਜਿਹੜੀ ਸੁੱਕੀ ਜੀ ਬੁੱਥੀ ਵਾਲੀ ਉਹਦੇ ਟੋਬੇ ਵਾਲੀ ਦੇ ਘਰੇ ਸੀ ਤੈਨੂੰ ਉਹਦੇ ਵੀ ਪਤਾ ਲੱਗ ਗਿਆ ਪਤਾ ਮੈਨੂੰ ਸਾਰੀਆਂ ਵਸਤੇ ਸਭ ਦਾ ਪਤਾ ਮੈਨੂੰ ਸਭ ਦਾ ਤੇਰੀ ਰਗ ਰਗ ਤੋਂ ਬਾਕ ਤੇ ਮੈਂ ਉਹ ਤੇ ਫੜ ਕੇ ਲੈਣਾ 5000 ਰਵੀ ਤੂੰ ਮੈਂ ਫੜ ਕੇ ਉਹੀ ਫੜ ਕੇ ਲੈਣਾ ਧਾਰ ਦਿੱਤਾ ਜੀ ਰਵੀ ਨੂੰ ਫੋਨ ਨੂੰ ਤਾਂ ਹੱਥ ਨਹੀਂ ਲਾਉਣ ਦਿੰਦਾ ਨਾ ਰਵੀ ਨੇ ਉਹ ਦਿੱਤਾ ਜੀ 5000 ਤੂੰ ਫੜ ਕੇ ਲੈਣਾ ਚੰਗਾ ਜਾਣਾ ਨਹੀਂ ਕਿਤੇ ਪਰ 5000 ਤੇ ਫੜ ਲਿਆ ਤੇਰਾ ਕੀ ਤੇ ਮਗਰ ਵਗ ਜੇ ਤੂੰ ਚੱਲ ਮੈਂ ਨਾਲ ਚੱਲਦੀ ਆ ਜਾ ਲੈ ਕੇ ਆਈਏ ਪੈਸੇ ਫੜ ਕੇ ਚਲੀਏ ਚਾ ਫਿਰ ਕੱਲ ਨੂੰ ਲਿਆਉਂਗਾ ਕੀ ਕਰਨ ਤੇ ਆ ਗਿਆ ਪਰ ਨਾਲ ਹੀ ਲੱਗ ਜਾਂਦਾ ਮੈਂ ਤੈਨੂੰ ਸਿੱਧੀ ਗੱਲ ਨਾਲ ਦੀ ਮੈਂ ਕੋਈ ਗੋਹਾਂ ਵੀ ਵੇ ਚੰਗੀ ਲੱਗਦੀ ਤੂੰ ਮੇਰੇ ਨਾਲ ਅਲੇ ਕੋ ਪਹਿਲੇ ਜਨਾਨੀ ਨਾਲ ਲੈ ਕੇ ਜਾਂਦਾ ਪਈ ਨਹੀਂ ਭਾਈ ਵੀ ਮੈਂ ਤਾਂ ਕੋਈ ਖੋਕੇ ਲੈ ਜੂਗਾ ਵੀ ਪਹਿਲੇ ਇੱਕ ਵਾਰੀ 5000 ਖੋਕੇ ਲੈ ਜੂ ਕਮਾਲ ਕਰੀ ਨਾ ਕਿ ਲੱਖਾਂ ਕਰੋੜਾਂ ਦਾ ਸੌਦਾ ਹੋਵੇ ਮੈਂ ਤੇ ਲੱਖਾਂ ਕਰੋੜਾਂ ਦਾ ਸੌਦਾ ਕਰਦਾ ਰ 5000 ਮੈਂ ਖੋਕੇ ਲੈ ਜੂਦੇ 10000 ਚ ਮੇਰੀ ਜੇਬ ਚ ਰਹਿੰਦਾ ਤੂੰ ਬੰਨ ਨਹੀਂ ਲਾਣਾ ਲੈ 10000 ਤੇਰੀ ਜੇਬ ਵਾਲਾ ਫੜਾ ਪਹਿਲਾਂ ਤਾਂ ਉਹ ਪਹਿਲਾਂ ਰਹਿੰਦਾ ਸੀ ਵਿਆਹ ਤੋਂ ਪੂਰ ਛੱਡਦੀ ਨਹੀਂ ਕਿਉਂ ਮੈਨੂੰ ਬਦਨਾਮ ਕਰਦਾ ਵੇ ਕਿਉਂ ਮੈਨੂੰ ਬਦਨਾਮ ਕਰਦਾ ਉਹ ਬਦਨਾਮ ਤੂੰ ਕਰਨ ਤੇ ਲੱਗੀ ਆ ਮੈਨੂੰ ਯਾਰ ਬਸ ਬਸ ਕਰਿਆ ਕਰ ਉਹ ਸਿਰ ਦੁਖਣ ਲਾਤਾ ਗਿਆ ਨਾ ਮੇਰਾ ਦੇ ਤੇਰੇ ਸਿਰ ਹੈ ਹੀ ਨਹੀਂ ਤੇਰਾ ਤੇ ਹੈਗਾ ਨਾ ਉੱਥੇ ਦਿੰਦੇ ਜੰਮੇ ਹੋਏ ਇੱਧਰ ਸਰਾਣਾ ਲਾ ਲਾ ਇੱਧਰ ਲਾ ਲਾ ਸਰਾਣਾ ਉਹ ਤੇਰਾ ਕੀ ਬੜਾ ਘੋੜ ਦੇ ਮੇਰਾ ਯਕੀਨ ਜਾ ਉੱਠ ਕੇ ਇੱਧਰ ਤੋਂ ਮੇਰਾ ਹਾਏ ਬੇ ਬਾਬਲਾ ਕਿਉਂ ਪੰਜਰ ਦੇ ਵਿਆਇਆ ਸੀ ਮੈਨੂੰ ਕੀੜੇ ਪੈਣਗੇ ਤੇਰੇ ਚੰਨੀਆਂ ਕੀੜੇ ਪੈਣਗੇ ਤੇਰੇ ਮਰੇ ਨਾ ਕੁੱਤੇ ਵਾਲੀ ਮੌਤ ਸੇਮ ਟੂ ਜੂ ਮੇਰੀ ਬੇਇੱਜ਼ਤੀ ਕਰਕੇ ਤੋਰਤਾ ਉਹ ਤਾਂ ਹੀ ਉਹਦੀ ਬੇਇੱਜ਼ਤੀ ਤੇਰੇ ਮਾਫੀ ਮੰਗਣ ਆਇਆ ਮੈਂ ਗੱਲ ਸੁਣਨਾ ਤੂੰ ਵੀ ਉਹ ਦੱਸਾਂ ਕੀ ਗੱਲ ਉਹ ਮੇਰੇ ਘਰ ਵਾਲੀ ਦਾ ਦਿਮਾਗ ਖੇਲਿਆ ਹੋਇਆ ਉਹ ਜਨਾਨੀ ਦੂਜੀ ਦੇਖ ਲੈ ਨਾ ਉਹਦੇ ਨਾਲ ਦੀ ਨਾਲ ਉਹ ਪਤਾ ਨਹੀਂ ਕੀ ਕਿਹੜੇ ਉਪੈਂਦੇ ਵੀ ਰੰਦਾ ਉਹਨੂੰ ਇੱਕ ਬਿਮਾਰੀ ਜੀ ਨਵੀਂ ਆ ਇੱਕ ਬਿਮਾਰੀ ਬੜੀ ਨਾਮ ਜਿਹਾ ਔਖਾ ਜਿਆਦਾ ਅੰਗਰੇਜ਼ੀ ਦਾ ਸਿੰਡਾ ਬਿੰਡਾ ਪਤਾ ਨਹੀਂ ਕੀ ਕਹਿੰਦੇ ਸੀ ਯਾਰ ਉਹਨੂੰ ਪੈਂਦੇ ਵੀ ਨਾ ਅੰਗਰੇਜ਼ੀ ਸੀ ਬੋਲ ਦਿੱਤਾ ਚੱਲ ਛੱਡ ਕੋਈ ਨਾ ਉਹ ਉਹਨੂੰ ਉਹ ਕਹਿੰਦੇ ਯਾਰ ਪਤਾ ਨਹੀਂ ਕੀ ਯਾਰ ਬੇ ਛੱਡ ਕਿਉਂ ਅੰਗਰੇਜ਼ੀ ਬੋਲਣ ਦੀ ਟੈਨਸ਼ਨ ਲੈਂਦੀ ਆ ਖਾਸ ਮਾਂ ਨੂੰ ਯਾਦ ਕਰ ਰਹੇ ਨੇ ਕਈ ਵਾਰ ਰਿਸ਼ਤੇਦਾਰ ਪੁੱਛ ਰਹੇ ਨੇ ਤੈਨੂੰ ਬਿਮਾਰੀ ਦਾ ਪਤਾ ਨਹੀਂ ਤੂੰ ਦੱਸ ਨਾ ਉਹ ਬੰਦਾ ਕੱਲਾ ਆ ਰਹਿਣ ਲੱਗ ਜੇ ਡਿਪਰੈਸ਼ਨ
ਹਾਂ ਉਹ ਵੀ ਉਹ ਵੀ ਉਹ ਵੀ ਇੱਕ ਇੱਕ ਉਹ ਵੀ ਹੈਗੀ ਚਲੋ ਉਹ ਸਾਡੇ ਗੱਲ ਵਿੱਚ ਤੇ ਗੱਲ ਆਇਆ ਉਹ ਕਦੋਂ ਮੇਰੇ ਘਰ ਵਾਲੇ ਤੀਵੀਂ ਦੇਖ ਰਹੇ ਨਾ ਤੇ ਉਹਨੂੰ ਉਹ ਚੀਜ਼ ਬਿਮਾਰੀ ਹੋ ਜਾਂਦੀ ਹੈ ਤਾਂ ਉਹਨੂੰ ਮਿਰਗੇ ਦੌਰੇ ਪੈਣ ਲੱਗ ਜਾਂਦੇ ਤਾਂ ਕਰਕੇ ਮੈਂ ਕਹਿੰਦਾ ਸਾਡੇ ਘਰ ਆਇਆ ਹੋਰ ਮੇਰੇ ਘਰ ਵਾਲੀ ਮਰ ਗਈ ਫਿਰ ਬਾਅਦ ਚ ਮੇਰੇ ਸਹੁਰੇ ਵੀ ਤਕੜੇ ਆ ਬਾਅਦ ਚ ਮੈਨੂੰ ਟੰਗੀ ਚੰਗੀ ਪੜਨਗੇ ਪੁਲਿਸ ਵਾਲੇ ਤਾਂ ਕਰਕੇ ਮੈਂ ਤੈਨੂੰ ਐਂ ਕਹਿਣਾ ਵੀ ਸਾਡੇ ਘਰੇ ਨਾ ਆਇਆ ਕਰ ਤੇਰਾ ਰਾਸ਼ਨ ਕਾਰਡ ਤੇਰਾ ਪੱਕਾ ਬਣ ਗਿਆ ਉਹ ਤੇਰਾ ਨਾਮ ਆ ਗਿਆ ਉਹ ਚ ਲਿਸਟ ਚ ਮੈਨੂੰ ਤਾਂ ਲਿਆ ਕੇ ਦੇ ਦੇ ਮੈਂ ਤੈਨੂੰ ਦੱਸਾਂ ਮੈਂ ਫਿਰ ਜਮਾ ਨਹੀਂ ਆਉਂਦੀ ਤੇਰੇ ਘਰੇ ਫਿਰ ਬਸ ਤੂੰ ਘਰੇ ਨਾ ਆਗੇ ਮੈਂ ਹੀ ਘਰੇ ਆਇਆ ਤੁਹਾਡੇ ਜਗ੍ਹਾ ਬਸ ਚਾਹ ਪੀਣ ਆਇਆ ਚਾਹ ਚੁਹੇਗਾ ਦੁੱਧ ਹੈਗਾ ਦੁੱਧ ਤਾਂ ਅੱਜ ਥੋੜਾ ਜਿਹਾ ਥੋੜਾ ਜਿਹਾ ਚੱਲ ਐਂ ਕਰੀ ਚਾਹ ਤਾਂ ਮੈਂ ਤੈਨੂੰ ਉੱਦੀ ਪਿਉਂ ਜਿੱਦੇ ਮੇਰਾ ਰਾਸ਼ਨ ਕਾਰਡ ਬਣਵਾ ਕੇ ਐਂ ਘਰੇ ਫੜਾ ਕੇ ਗਿਆ ਮੇਰੇ ਹੱਥ ਤੇ ਧਰ ਕੇ ਗਿਆ ਮੱਤ ਤੇ ਧਰੂੰਗਾ ਕੋਈ ਗੱਲ ਨਹੀਂ ਫੜ ਲਈ ਤੂੰ ਕੋਈ ਗੱਲ ਨਹੀਂ ਉਹਦੀ ਨਾ ਟੈਨਸ਼ਨ ਲੈ ਰਾਸ਼ਨ ਕਾਰਡ ਤੇਰਾ ਪੱਕਾ ਤੇ ਸਰਪੰਚ ਨਾਲ ਮੈਂ ਕਰਨੀ ਪਊ ਗੱਲ ਵੀ ਸਰਪੰਚਾ ਮੇਰੇ ਗਾਕਾਂ ਨੂੰ ਤੂੰ ਕਿਉਂ ਐਂ ਕਰਦਾ ਉਹਨਾਂ ਵੀ ਤੇਰੇ ਕੀ ਸੱਪ ਲੜਦਾ ਵੀ ਉਹਨੂੰ ਜਾਣ ਕੇ ਮਸਕਰੀਆਂ ਕਰਦਾ ਵੀ 2 ਮਹੀਨੇ ਰਹਿ ਗਏ 2 ਮਹੀਨੇ ਚ ਆਉਂਦੇ ਉਹ ਅੱਗੇ ਚੋਣ ਜਾਬਤਾ ਲੱਗਿਆ ਪਿਆ ਉਹ ਤਾਂ ਕਰਕੇ ਰਾਸ਼ਨ ਕਾਰਡ ਨਹੀਂ ਲੱਗ ਰਹੇ ਵੇ ਉਹਨੇ ਤਾਂ ਮੈਨੂੰ ਗਲੀ ਚ ਘੇਰ ਕੇ ਕਿਹਾ ਉਹੀ ਆ ਪੰਗਾ ਸੱਪ ਉਹਨੂੰ ਪਤਾ ਆ ਭਾਵੇਂ ਕੰਜਰ ਪੱਕਾ ਪੱਕੇ ਉਹ ਲਿਸਟ ਉਹਨੇ ਵਿੱਚ ਤੇ ਉਹਨੇ ਰਕਵਾਈ ਹੋਈ ਆ ਜਾਣ ਕੇ ਵੀ ਕਿਹੜੇ 4-5 ਜਣੇ ਨੇ ਉਹ ਰਕਵਾਏ ਉਹ ਮੈਂ ਕੋਈ ਗੱਲ ਸੈਕਟਰੀ ਆ ਮੈਂ ਕਿਹਾ ਸਾਡਾ ਰਾਸ਼ਨ ਕਾਰਡ ਬਣਨ ਜਾਂਦੇ ਸੈਕਟਰੀ ਕਹਿੰਦਾ ਕੋਈ ਤੂੰ ਟੈਨਸ਼ਨ ਹੀ ਨਾ ਲਾ ਯਾਰ ਤੇਰਾ ਰਾਸ਼ਨ ਕਾਰਡ ਪੱਕੇ ਬਣਨਗੇ ਪਰ ਸਰਪੰਚ ਦੇ ਭਾਵੇਂ ਨਾ ਬਣਨ ਦਵਾਂ ਮੈਂ ਪਰ ਤੇਰੇ ਬਣ ਪਰ ਉਹ ਕਹਿੰਦਾ 2 ਮਹੀਨੇ ਚ ਹੁਣ ਚੋਣ ਜਾਬਤਾ ਜਾ ਗਿਆ ਤਾਂ ਕਰਕੇ ਉਹ ਦਿੱਕਤ ਹੋ ਗਈ ਉਹ ਨਾਮ ਤੇਰਾ ਆ ਗਿਆ ਲੈ ਫਿਰ ਹੁਣ 2 ਮਹੀਨੇ ਹੋਰ ਵੇਟ ਕਰਾਂਗੇ ਮੈਂ ਬਸ 2 ਮਹੀਨੇ ਤਾਂ ਕਰਨੇ ਪੈਣਗੇ ਵੇਟ ਫਿਰ ਧੱਕਾ ਕਰੀ ਜਾਂਦਾ ਮੇਰੇ ਨਾਲ ਉਹ ਮੈਂ ਥੋੜੀ ਧੱਕਾ ਕਰਦਾ ਮੈਂ ਧੱਕੇ ਵਾਲਾ ਬੰਦਾ ਦਿਆ ਤੂੰ ਭਗਵਾਨ ਨਾਲ ਧੱਕਾ ਕਰ ਸਕਦੀ ਮੈਂ ਨਹੀਂ ਤੇਰੇ ਨਾਲ ਧੱਕਾ ਕਰ ਸਕਦਾ ਤੂੰ ਪਤੀ ਹੈ ਠੀਕ ਹੈ ਤੇ ਚੰਗਾ ਭਾਬੀ ਮੈਂ ਚੱਲਦਾ ਭਾ ਫਿਰ ਆਉਣ ਆਈ ਨਾ ਸਾਡੇ ਘਰੇ ਚੰਗਾ ਮੈਂ ਨਹੀਂ ਆਉਂਦੀ ਹਾਂ ਸਰਪੰਚ ਦੀਆਂ ਗੱਲਾਂ ਨਾ ਸੁਣਿਆ ਕਰ ਸਰਪੰਚ ਦੀ ਇੱਧਰ ਸੁਣਿਆ ਕਰ ਇੱਧਰ ਕੱਢ ਦਿਆ ਕਰ ਉਹ ਹੈ ਹੀ ਚਗਲਾ ਹੋਇਆ ਪਿਆ ਉਹਦੀਆਂ ਟੈਨਸ਼ਨ ਲੈ ਕਰ ਉਹ ਦਿਮਾਗ ਖਿੱਲਿਆ ਪਿਆ ਉਹਨੂੰ ਆ ਸਰਪੰਚੀ ਵੀ ਚੰਨੀ ਨਾ ਖੜਾ ਹੋ ਜੇ ਬਰਾਬਰ ਉਹ ਜਾਣ ਕੇ ਤੈਨੂੰ ਆਪਦੇ ਵੱਲ ਕਰਦਾ ਸੀ ਉਹਦੇ ਵੱਲ ਨਾ ਹੋ ਜੀ ਵੀ ਨਹੀਂ ਹੁੰਦੀ ਹਾਂ ਰਹੂੰਗੀ ਤਾਂ ਮੈਂ ਤੇਰੇ ਵੱਲ ਦੀ ਹਾਂ ਸਰਪੰਚੀ ਆਪਾਂ ਫਿਰ ਜਿੱਤਣੀ ਹੈ ਬਾਕੀ ਹਾਂ ਹਾਂ ਉਹ ਤਾਂ ਜਿੱਤਣੀ ਹੋਈ ਹੈ ਹਾਂ ਪਰ ਮੈਡਮ ਮੇਰੇ ਮੈਡਮ ਨੇ ਸਕਾਈ ਸਕੂਲ ਚ ਆਉਂਦੇ ਆਪਾਂ ਨੇ ਲੱਗੀ ਹੋਈ ਹਾਂ ਉਹ ਵੀ ਆਪਾਂ ਨਾਲ ਹੀ ਹੈ ਉਹ ਸਾਰਿਆਂ ਕੋਲ ਵੋਟਾਂ ਮੰਨਣ ਜਾਊਗੀ ਡਿਊਟੀ ਉਹਦੀ ਲੱਗੂਗੀ ਪਰਚੀ ਨਹੀਂ ਵੰਡਦੀ ਹੁੰਦੀ ਵੋਟਾਂ ਵਾਲੀ ਉਹ ਸਾਰਿਆਂ ਨੂੰ ਕਹੂਗੀ ਵੀ ਚੰਨੀ ਨੂੰ ਵੋਟ ਪਾਉਣੀ ਬੜੇ ਤਕੜੇ ਤਕੜੇ ਕੰਮ ਕਰਦਾ ਵੇ ਹੁਣ ਤਾਂ ਨਹੀਂ ਮੈਡਮ ਤੇ ਜਾਲ ਵਿਛਾਉਂਦਾ ਤਰੇ ਫਿਰਦਾ ਉਹ ਨਹੀਂ ਨਹੀਂ ਭਾਬੀ ਤੇਥੋਂ ਬਗੈਰ ਹੋਰ ਹੈ ਨਹੀਂ ਮੇਰੇ ਨਾਲ ਕਿਸੇ ਨਾਲ ਗੱਲਬਾਤ ਪਰ ਤੇਰੇ ਨਾਲ ਹੀ ਹੈ ਬਸ ਬਸ ਮੂੰਹ ਵਾਲੀ ਗੱਲ ਹਾਂ ਹਾਂ ਮੂੰਹ ਵਾਲੀ ਦੂਜੀ ਵਾਲਾ ਪਤ ਨਹੀਂ ਹੋਰ ਕਿਵੇਂ ਤੈਨੂੰ ਇੱਥੇ ਦੱਦ ਲੱਸੀਆਂ ਪਿਉਂਦੀ ਫਿਰਦੀ ਹੈ ਟੱਡਾ ਜਿਹਾ ਕਰਦਾ ਦੇਖ ਕੀ ਹੈ ਸਾਰਾ ਦਿਨ ਤੂੰ ਤੀਵੀਂ ਦੇ ਥੱਲੇ ਲੱਗਿਆ ਪਿਆ ਕਿੰਨਾ ਡਰਦਾ ਹੈ ਤੀਵੀਂ ਤੋਂ ਲੈ ਆ ਗਿਆ ਨਜ਼ਾਰਾ ਤੇਰਾ ਫੁੱਲੀ ਹੋਦੀ ਕਿ ਵੇ ਵੇ ਕਿਉਂ ਜਲੂਸ ਕੱਢਿਆ ਕਿਵੇਂ ਨੱਚਦਾ ਫਿਰਦਾ ਕੰਜਰੀਆਂ ਵਾਂਗੂ ਉਹ ਮੈਂ ਤਾਂ ਨੱਚਦਾ ਸੀ ਉਹ ਮੈਂ ਸਰਪੰਚੀ ਜਿੱਤ ਗਿਆ ਨਾ ਫਿਰ ਮੈਂ ਨੱਚਾਂਗੇ ਉਹਦੇ ਨਾਲ ਮੈਂ ਸਿੱਧਾ ਸੀ ਜਿੱਤ ਗਿਆ ਬਾ ਜਿੱਤ ਜਾਂ 2 ਮਹੀਨੇ ਨੂੰ ਚੰਗਾ ਐ ਕਰ ਲਿਆ ਫਿਰ ਵੱਧ ਤਾਂ ਨਹੀਂ ਆਗੇ 150 ਰੁਪਇਆ ਮੇਰੇ ਤਾਂ ਵਾਲ ਇੰਨੇ ਝੜਦੇ ਨੇ ਵੇ ਕੈਂਸਰ ਵਾਲਿਆਂ ਵਾਂਗੂ ਤੂੰ ਐ ਕਰ ਮੈਨੂੰ ਔਲੇ ਦਾ ਮਰੱਬਾ ਲਿਆ ਕੇ ਦੇ ਜਾ ਭੱਜਿਆ ਜਾ ਉੱਡਿਆ ਜਾ ਮਿੰਟ ਜੱਲਾ ਹੀ ਆ ਜੀ ਔਲੇ ਮਰੱਬਾ ਤੂੰ ਖਾ ਕੀ ਕਰਨਾ ਯਾਰ ਨਾ ਮੇਰੇ ਵਾਲ ਝੜਦੇ ਨੇ ਸਿਰਦੇ ਉਹ ਫੇਰ ਕਿਉਂ ਗੰਜੀ ਹੋ ਜਾਏਗੀ ਜਿੰਨਾ ਕੰਮ ਕਿਹਾ ਨਾ ਉਨਾ ਹੀ ਕਰ ਲਿਆ ਕਰ ਕਿ ਤੈਨੂੰ ਛਿੱਤਰ ਖਾਣ ਦੀ ਆਦਤ ਪੈ ਗਈ ਉਹ ਗੱਲ ਸੁਣ ਲੈ ਗਾਂਧੀ ਵਾਂਗੂ ਮਸ਼ਹੂਰ ਹੋ ਜਾਏਗੀ ਉਹ ਵੀ ਤੂੰ ਜਾ ਜਾ ਆਹੋ ਕਿਤੇ ਤੈਨੂੰ ਨਾ ਮੇਰੇ ਗਾਂਧੀ ਬਣਾ ਦਾ ਹੁਣ ਮੈਂ ਜਾਵਾਂ ਯਾਰ ਉਹ ਟਾਈਮ ਲੱਗ ਸਕਦਾ ਕਈ ਵਾਰੀ ਮੈਨੂੰ ਆਹ ਕਿ ਮੈਂ ਅਗਲੇ ਟਾਈਮ ਦਾ ਨਾ ਚਲ ਠੀਕ ਆ ਚੰਗਾ ਛੇਤੀ ਆ ਜੀ ਆ ਗਿਆ ਆ ਗਿਆ ਮੈਂ ਤੁਹਾਰੀ ਆ ਜਾ ਨਾ ਆਹੋ ਭਗਤ ਆ ਗਿਆ ਆ ਜੂਗਾ ਇਹ ਆਊਗਾ ਛਿੱਤਰਾਂ ਤਾਂ ਹੁਣ ਤਾਂ ਡਰਦਾ ਹੈ ਮੈਨੂੰ ਲੱਗਦਾ ਫਰਕ ਜਿਆ ਤਾਂ ਪੈ ਗਿਆ ਚਲ ਆ ਜੀ ਚਲੋ ਛੇਤੀ ਛੇਤੀ ਮੁਰੱਬਾ ਲਿਆ ਕੇ ਦਈਏ ਤੇ ਛੇਤੀ ਛੇਤੀ ਵੀ ਨਿਕਲਾਂਗੇ ਬਾਹਰ ਕਿਸੇ ਪਾਸੇ ਲਾ ਖੜਾ ਬਤ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਚੰਨੀ ਤੁਹਾਨੂੰ ਕਹਿੰਦਾ ਉਹ ਮੈਨੂੰ ਕਹਿੰਦਾ ਸਰਪੰਚ ਸਤਿ ਸ੍ਰੀ ਅਕਾਲ ਮੈਨੂੰ ਕਹਿੰਦਾ ਸਰਪੰਚ ਆ ਗਿਆ ਮੈਂ ਕਿਹਾ ਹੋਰ ਕਿਵੇਂ ਆ ਮੈਂ ਵਧੀਆ ਵਧੀਆ ਤੇ ਆ ਜਾ ਨਹੀਂ ਪਾਤੀ ਸਰਪੰਚ ਮੈਂ ਜੱਜੂ ਮੋਟਾ ਚ ਸਿੱਧੀ ਤੇ ਹੋਰ ਹੁਣ ਕਿਉਂ ਨਹੀਂ ਤੇ ਕਿਵੇਂ ਆ ਫਿਰ ਮੈਂ ਵਧੀਆ ਕਿੰਨੀ ਖਾਵਾ ਮੇਰੀ ਹਵਾ ਬਾਦੂ ਐ ਲੋਕ ਗੱਲਾਂ ਕਰਦੇ ਮੈਂ ਤਾਂ ਹੀ ਤਾਂ ਤੈਨੂੰ ਸਰਪੰਚ ਕਿਹਾ ਸਰਪੰਚ ਫਿਰ ਜਿੱਤੂ ਹੋਣਾ ਪੱਕਾ ਹੂੰ ਫਿਰ ਐ ਕਰ ਤੂੰ ਮਰੱਬਾ ਦੇ ਯਾਰ ਫਿਰ ਮਰੱਬਾ ਹਾਂ ਮਰੱਬਾ ਬਥੇਰਾ ਆ ਜਾ ਕਿੰਨੇ ਦਾ ਆ ਜਾ ਕੋਈ ਨਹੀਂ ਦੱਸ ਦਿੰਨੇ ਆ ਜਾ ਦੇ ਆ ਜਾ ਆ ਜਾ ਮਰੱਬਾ 180 ਰੁਪਏ ਐ 180 ਦਾ ਹਾਂ ਚਾ 30 ਰੁਪਏ ਲਿਖ ਲਈ ਫਿਰ ਨਾ ਕੋਈ ਨਹੀਂ ਸਾਰੇ ਫੇਰ ਲੈ ਲਾਂਗੇ ਤਾਂ ਨਾ 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 ਤਾਂ 150 ਤੇ ਲੈ ਠੀਕ ਐ
हेलो ਹੋ ਠੀਕ ਠਾਕ ਹੈ ਹਾਂ ਠੀਕ ਠਾਕ ਤੇ ਘਬਰਾਇਆ ਨਾ ਕਰੋ ਤੁਸੀਂ ਬੌਂਡ ਜੇ ਦਿੱਤੋਗੇ ਹਾਂ ਜਿਹੜਾ ਕੋਈ ਆਉਂਦਾ ਦੁਕਾਨ ਤੇ ਉਹ ਦੱਸ ਕੇ ਜਾਂਦਾ ਆਪਾਂ ਨਹੀਂ ਪਹੁੰਚ ਕਰੀ ਫੁੱਲ ਫਿਰ ਤੈਨੂੰ ਪਾਰਟੀ ਪੁਲਟੀ ਦਊਂਗਾ ਚੰਗਾ 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 ਕੋਈ ਗੱਲ ਨਹੀਂ ਸਾਡੀਆਂ ਵੋਟਾਂ ਵੀ ਸਾਰੀਆਂ ਤੈਨੂੰ ਹੀ ਨੇ ਚੰਗਾ ਚੰਗਾ ਆਏ ਹਾਏ ਮੈਚਿੰਗ ਕਰੀ ਫਿਰਦੀ ਆ ਪੱਗ ਨਾਲ ਆਏ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਮੈਚਿੰਗ ਕਰਨ ਲੱਗ ਗਏ ਫਿਰ ਐ ਹੋਰ ਮੈਂ ਕਿਹਾ ਜੇ ਤੂੰ ਕਿੰਨੀ ਪੱਗ ਬਣ ਸਕਦਾ ਮੈਂ ਕਿਉਂ ਨਹੀਂ ਚੁੰਨੀ ਲੈ ਸਕਦੀ ਆਇਆ ਆਇਆ ਲਾ ਲਾ ਗਾਲ ਗਲ ਗਈ ਤੇ ਖੋਆ ਮਾਰ ਲਿਆ ਸੀ ਮੈਡਮ ਜੀ ਹੋਰ ਖੋਆ ਤਾਂ ਮਾਰ ਲਿਆ ਸੀ ਖਾਸਾ ਦੁੱਧ ਪਚਾਤਾ ਸੀ ਨਾ ਥੋੜ 15 ਕਿਲੋ ਆਕੇ 15 ਕਿਲੋ ਪਜਾਦਾ ਮੈਡਮ ਮਜ਼ਾਕ ਕਿਉਂ ਕਰਦੇ ਆਂ ਲੈ 15 ਕਿਲੋ ਬਹੁਤ ਹੁੰਦਾ 15 ਕਿਲੋ ਤਾਂ ਇੱਕ ਕਿਲੋ ਕੋ 1.5 3 ਕਿਲੋ ਨਿਕਲੇ ਖੋਆ ਅੱਛਾ ਹਾਂ ਚਲ ਖੋਆ ਤਾਂ ਮੈਂ ਕੱਢ ਲਿਆ ਸੀ ਹਾਂ ਤੂੰ ਦੱਸ ਇੱਧਰ ਕਿੱਧਰ ਫਿਰਦਾ ਉਹ ਮੈਡਮ ਮੜਾ ਦੁਕਾਨ ਚ ਤੇ ਗਿਆ ਸੀ ਮੈਂ ਘਰੇ ਜਾਂਦਾ ਪਿਆ ਸੀ ਤੇ ਸਾਨੂੰ ਆ ਕੇ ਚਾਹ ਦੇਖਾ ਅੱਛਾ ਲੈ ਤੁਹਾਡੇ ਵਾਸਤੇ ਮੈਂ ਆਲੇ ਦਾ ਮਰੱਬਾ ਲੈ ਕੇ ਆਇਆ ਸੀ ਲੈ ਖਾ ਲਓ ਨਾ ਨਾ ਬਸ ਮੈਂ ਨਹੀਂ ਮਰੱਬਾ ਖਾਣਾ ਉਹ ਮੈਡਮ ਦੇਖ ਗੱਲ ਸੁਣ ਆ ਤੁਹਾਡੇ ਵਾਲ ਚਿੱਟੇ ਹਨ ਆਉਣੋਂ ਹਟ ਜਾਣਗੇ ਜੇ ਆਲੇ ਦਾ ਮਰੱਬਾ ਬਾਏ ਫਾਇਦਾ ਹਾਂ ਇਹ ਆਲੇ ਨਾ ਵਿਕਰ ਵਿਕਰ ਦੀ ਦੁਕਾਨ ਤੇ ਲੈਣਾ ਪਤਾ ਕਿੰਨਾ ਤਕੜਾ ਦੁਕਾਨਦਾਰ ਆ ਪੂਰਾ ਮਸ਼ਹੂਰ ਆ ਸਾਡੇ ਪਿੰਡ ਚ ਹਾਂ ਤੇ ਆਲੇ ਦਾ ਮਰੱਬਾ ਆਏ ਭੈਣ ਬਾਲੇ ਘੈਂਟ ਆਲੇ ਆ ਕੱਲਾ ਕੱਲਾ ਆਲਾ ਹੈ ਬਾਏ ਖੰਡ ਖੁੰਡ ਜੀ ਹੈ ਨਹੀਂ ਇਹਦੇ ਤੇ ਖਾਓਗੇ ਨਾ ਤੇ ਨਜ਼ਾਰੇ ਲਾਓਗੇ ਤੇ ਬਾਲ ਉਹ ਕਹਿੰਦੇ ਹੱਸੇ ਕਹਿੰਦੇ ਹੁੰਦੇ ਸਿਆਣੇ ਦਾ ਕਿਹਾ ਤਾਂ ਆਲੇ ਦਾ ਖਾਦਾ ਬਾਅਦ ਜੀ ਪਤਾ ਸਵਾਦ ਆਉਂਦਾ ਹੁਣ ਤੂੰ ਆਲੇ ਦਾ ਮਰੱਬਾ ਹੁਣ ਖਾਏਂਗੇ ਨਾ ਤੇ ਬਾਲ ਨਹੀਂ ਆਉਣੇ ਉਮਰ ਤੋਂ ਪਹਿਲਾਂ ਨਹੀਂ ਤੇਰੇ ਚਿੱਟੇ ਹੋ ਜਾਣਗੇ ਬਾਲ ਚੱਲ ਮੇਰੇ ਤਾਂ ਛੱਡ ਉਹ ਤੇਰੀ ਮੈਡਮ ਨੂੰ ਖਾ ਦੇ ਸੁਸਨੀ ਜੀ ਨੂੰ ਤੈਨੂੰ ਕਿਵੇਂ ਪਤਾ ਲੱਗਾ ਮੇਰੀ ਸੁਸਨੀ ਮੈਡਮ ਅੱਛਾ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਐਸੀ ਪਤਾ ਮੈਂ ਤਾਂ ਕੁਵਾਰਾ ਹਾਂ ਆਹੋ ਹੈਗਾ ਕੁਮਾਰਾ ਸਾਰਾ ਪਤਾ ਲੱਗ ਗਿਆ ਮੈਨੂੰ ਉਹ ਪਤਾ ਲੱਗ ਗਿਆ ਤੈਨੂੰ ਚੱਲ ਫਿਰ ਉਹ ਲਗਾ ਰੱਖਣਾ ਤਾਂ ਮੈਂ ਕੱਚੀ ਜੀ ਘਰ ਵਾਲੀ ਰੱਖੀ ਹੋਈ ਹੈ ਫਿਰ ਤੁਸੀਂ ਐ ਕਰੋ ਮੇਰੇ ਨਾਲ ਵਿਆਹ ਕਰਾ ਜਾਂ ਤਲਾਕ ਦੇ ਦੇ ਤਲਾਕ ਦੇ ਨਾ ਤੂੰ ਮੇਰੇ ਨਾਲ ਵਿਆਹ ਕਰਾ ਲੈ ਹੋਰ ਪੱਕਾ ਕਰਾ ਲੂੰਗੀ ਪੱਕਾ ਹੋਰ ਆਏ ਮਰ ਗਈ ਗੱਲ ਤਾਂ ਠੀਕ ਹੈ ਮੈਡਮ ਜੀ ਫਿਰ ਗੱਲ ਆਪਾਂ ਦੋਨੋਂ ਚ ਹੀ ਰਹੇ ਅੱਗੇ ਨਾ ਗੱਲ ਅਗਲੀ ਕਰੀ ਕਿਉਂ ਉਹ ਫਿਰ ਮੈਡਮ ਜੀ ਫਿਰ ਕਹਿੰਦਾ ਗੱਲ ਦੱਸੀ ਨਾ ਕਿਸੇ ਨੂੰ ਭੇਜ ਦਈਏ ਤੇ ਉਹ ਕੰਮ ਬਣਦਾ ਨਹੀਂ ਹੁੰਦਾ ਹਾਂ ਉਹ ਤੇ ਤੇਰੇ ਸੂਸੀ ਜੀ ਨੂੰ ਨਾ ਪਤਾ ਲੱਗ ਕੇ ਉਹਨੂੰ ਵੀ ਪਤਾ ਲੱਗਦਾ ਤਲਾਕ ਦੇ ਦੂੰਗਾ ਉਹਦੀ ਨਾ ਟੈਨਸ਼ਨ ਲਾ ਤੂੰ ਪੱਕਾ ਹਾਂ ਪੱਕਾ ਪੱਕਾ ਚੱਲ ਠੀਕ ਹੈ ਮੈਡਮ ਜੀ ਤੇ ਬਾਲੇ ਦਾ ਮਰੱਬਾ ਨਹੀਂ ਹੋਰ ਕਿਹਦਾ ਮਰੱਬਾ ਸੌਂਗੇ ਰਸਮ ਉਹਦੇ ਲੈ ਆਉਂਗਾ ਵੀ ਉਹ ਤਾਂ ਦੇਖੀਏ ਤਾਂ ਫਿਰ ਹੱਥ ਸੰਭਲ ਲੈ ਹਣਾ ਲੈ ਲੈ ਆਏ ਆਏ ਮੈਨੂੰ ਵੀ ਜਾਣ ਆਏ 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 ਮੈਂ ਵਗ ਜਾ ਚੱਲ ਚੱਲ ਮੈਂ ਜਾਣਾ ਚੰਗਾ ਆਏ ਆਏ ਯਾਰ ਨਹੀਂ ਲੱਗਦਾ ਰਹਿੰਦਾ ਹੈਗਾ ਚੁੱਪ ਆਏ ਆਏ ਹੱਥ ਬੁਲਾਇਆ ਆਏ ਆਏ ਦੇ ਆ ਜਾ ਉਹ ਲੈ ਯਾਰ ਆ ਗਿਆ ਹਾਂ ਲੈ ਆਈ ਓਏ ਦੇ ਕੋ ਲੀ ਲਿਆ ਖਾਈਏ ਉਹ ਤੂੰ ਹੀ ਖਾ ਲਈ ਮੇਰੇ ਤੇ ਆਵ ਜਾ ਬਣ ਜਾ ਮੈਂ ਨਹੀਂ ਖਾਣਾ ਕੀ ਹੋ ਗਿਆ ਮਰੱਬਾ ਹੈ ਤੂੰ ਹੋਰ ਕੀ ਹੈ ਜ਼ਹਿਰ ਹੈ ਔਲਿਆਂ ਦਾ ਕਿਹਾ ਸੀ ਤਾਂ ਔਲਿਆਂ ਦੇ ਲਾਇਆ ਬਈ ਮੈਂ ਨਹੀਂ ਇਹ ਰੱਖਦੀ ਤੂੰ ਬੇਰਾਂ ਵਰਗਾ ਜਾ ਮੋੜ ਕੇ ਆ ਐ ਕਰ ਸੇਬਾਂ ਦਾ ਮਰੱਬਾ ਲੈ ਕੇ ਦੇ ਓਏ ਹੁਣ ਔਲਿਆਂ ਦਾ ਕਿ ਮੈਥੋਂ ਨਹੀਂ ਜਾਏ ਮੈਂ ਕੰਜਕ ਲੈ ਤੇਰਾ ਪਿੱਤਾ ਜਾ ਲੈ ਕੇ ਜਾ ਤੂੰ ਨਾ ਦੇ ਓਏ ਹੁਣ ਤੇ ਮਰੱਬਾ ਫੇਰ ਆਸ ਮਿਲ ਜੂਗਾ ਗੱਲ ਉਹ ਤਾਂ ਠੀਕ ਹੈ ਤੇਰੀ ਛੱਡ ਦੇ ਯਾਰ ਦਿਮਾਗ ਖਰਾਬ ਕਰ ਤੂੰ ਪਹਿਲਾਂ ਔਲਿਆਂ ਦਾ ਕਹਿ ਜਾਣਾ ਮੈਨੂੰ ਤੇ ਫੇਰ ਟੌਲਿਆਂ ਦੇ ਹੀ ਆਏ ਬੇਰਾਂ ਵਰਗਾ ਲੱਗਦਾ ਬਈ ਮੈਂ ਨਹੀਂ ਜਾ ਉਹਦੇ ਏਡੇ ਏਡੇ ਆਲੇ ਹਰ ਕਿਟੇ ਕਿਟੇ ਮੈਂ ਖਾਣੇ ਨਹੀਂ ਜਦਾ ਮੈਨੂੰ ਸੇਬਾਂ ਦਾ ਮਰੱਬਾ ਲਿਆ ਕੇ ਦੇ ਮਾ ਲਾਤ ਵਾਰੀ ਹੁਣ ਸੋਚ ਲੈ ਸੇਬਾਂ ਦਾ ਅੱਜਗਲੇ ਤਾਂ ਇਹਦੇ ਮੈਂ ਲਿਆਉਂਦਾ ਨਹੀਂ ਹੁੰਦਾ ਚੀਜ਼ ਤੇਰੀ ਮੈਂ ਕੋਈ ਚੱਲ ਸ਼ੁਕਰ ਆ ਕਹਿਣੇ ਤਾਂ ਲੱਗ ਗਿਆ ਵੋਟ ਨਹੀਂ ਪਾਉਣੀ ਮੈਂ ਬੋਲਦਾ ਜੰਨਾ ਰਾਚ ਘਰ ਦੀ ਵੋਟ ਪਹਿਲਾਂ ਲੱਗਦੀ ਹੁੰਦੀ ਆ ਕੋਈ ਗੱਲ ਨਹੀਂ ਬਣਿਆ ਖੜੇ ਮੇਰੀ ਵੋਟ ਬਿਨਾ ਸਰਪੰਚ ਉਹ ਪਾ ਹੁਣ ਕੀ ਕਵਾਂ ਉਹ ਵਿਕਰਾ ਕਿਵੇਂ ਆ ਉਹ ਲੋਟਾ ਜੀ ਉਹ ਐ ਕਰ ਯਾਰ ਆਹ ਦੇਖੇ ਔਲਿਆਂ ਦਾ ਲੈਣਾ ਨਹੀਂ ਭੁੱਲ ਕਿਵੇਂ ਉਹਦਾ ਕਹਤਾ ਜੀ ਔਲਿਆਂ ਦਾ ਤੂੰ ਐ ਕਰ ਮੈਨੂੰ ਸਿਉਆ ਮਰਬਾ ਦੇ ਸਿਉਆ ਦਾ ਦੇ ਦਿੰਨੇ ਤੇ ਹੋ ਖੋਲੇ ਤਾਂ ਨਹੀਂ ਉਹ ਚੈੱਕ ਕਰ ਲੈ ਖੋਲਿਆ ਤਾਂ ਹੈਗਾ ਜੀ ਟੱਕਣ ਜਾ ਯਾਰ ਦੇਖੋ ਖੋਲਿਆ ਤਾਂ ਨਹੀਂ ਮੁਰਨਾ ਜੀ ਇਹ ਤਾਂ ਨਹੀਂ ਮੁਰਦਾ ਹੁਣ ਵਾਪਸ ਨਹੀਂ ਹੁੰਦਾ ਇਹ ਉਹ ਯਾਰ ਮੇਰੇ ਘਰ ਵਾਲੀ ਯਾਰ ਮੈਂ ਭੁੱਲ ਡੂਗੀ ਯਾਰ ਮੈਨਾਂ ਕਲੇਸ਼ ਕਰੂ ਬੇ ਨਾਲ ਗੱਲ ਕਰੋ ਸਰਪੰਚ ਵਿਕਰਾ ਗੱਲ ਸੁਣ ਮੇਰੀ ਮੈਂ ਸਰਪੰਚ ਤੇ ਬਣੂਗਾ ਉਹ ਤੈਨੂੰ ਕੋਈ ਨਾ ਇੱਕ ਹੋਰ ਦੇ ਦੂੰ 150 ਰੁਪਏ ਹੋਰ ਦੇ ਦੂੰ ਮੇਰੇ ਖਾਤੇ ਲਿਖ ਲਾ ਉਹ ਤਾਂ ਠੀਕ ਹੈ ਜੀ ਇਹ ਖਾਤੇ ਲਿਖ ਲਈ ਉਹ 180 ਹੋਰ ਸਹੀ ਤੇ 30 ਰੁਪਏ ਪਹਿਲਾਂ ਲੈ ਕੇ 210 ਹੋ ਜਾਣਗੇ ਚਲ ਦਾਨ ਕਰ ਦੀ ਕਿਸੇ ਨੂੰ ਚੱਲ ਐ ਕਰ ਚਲ ਕੋਈ ਨਹੀਂ ਫਿਰ ਨਹੀਂ ਖੁੱਲਾ ਨਾ ਸੀ ਮੋੜਦੇ ਨਹੀਂ ਹੁੰਦੇ ਚਲ ਕੋਈ ਗੱਲ ਨਹੀਂ ਹੁਣ ਸਿਉਆ ਦਾ ਲੈ ਕੇ ਜਾਣਾ ਹਾਂ ਸਿਉਆ ਦਾ ਸਿਉਆ ਦਾ ਲੈ ਜਾ ਫਿਰ ਹੋਰ ਕੀ ਹੈ ਆ ਲੈ ਹੁਣ ਸਿਉਆ ਦਾ ਪਤਾ ਠੀਕ ਹੈ ਜੀ ਠੀਕ ਹੈ ਹੋਰ ਤਾਂ ਨਹੀਂ ਕੁਛ ਨਹੀਂ ਜਾਣਾ ਨਾ ਹੋਰ ਨਹੀਂ ਕੋਈ ਆ ਲੋ ਇਹ ਖੁੱਲੇ ਹੋਇਆ ਡੱਬਾ ਮੁੜਦਾ ਨਹੀਂ ਜੀ ਚਾ ਕੋਈ ਗੱਲ ਆਹੋ ਤੰਨੀ ਨੰਗੂ ਇੱਥੋਂ ਹੀ ਗਿਆ ਇੱਧਰ ਨੂੰ ਮਿਲੂੰਗੀ ਆਉਂਦੇ ਨਾਲ ਗੱਲ ਕਰਦੀ ਆਂ ਦੇ ਨਾਲ ਦੇਖਦੀ ਆਂ ਹੌਲੀ ਹੌਲੀ ਉੱਤਰ ਜਾ ਤਾਂ ਪੌੜੀਆਂ ਵਾਲੀਆਂ ਉੱਠੀਆਂ ਜਿਹੜੀਆਂ ਆ ਪੁੱਤ ਖੜੀ ਖੜੀ ਹਾਂ ਬੇ ਪੁੱਤ ਮੈਂ ਆਈ ਜੀ ਮੈਨੂੰ ਪੈਨਸ਼ਨ ਲਵਾ ਦੇ ਹੁਣ ਮੇਰੀ ਤੇ ਤੁਸੀਂ ਮੈਂ ਕਿਹੜਾ ਸਰਪੰਚ ਪਿੰਡ ਦਾ ਸਰਪੰਚ ਕੋਲ ਜਾਣਾ ਬਣ ਜਾਏਗਾ
खड़ा नहीं होगा वोटा च वो तो मैं खड़ा होगा वो तो कोई गल नहीं पहला कराई दे होंगे पिंड तेरी वोटा मिलदी वो तो मैं करा दूंगा कोई गल तेरी उम्र कि 9 साल आधार कार्ड रुपया मैं कह वोट कर दे आधार कार्ड दे दी मैं बना दूंगा कोई गल मुंह च निकला कोई गल नहीं तो थोड़ी पैसे लवाना बागी जान दे चल गया दिमाग मेरी उम्र है 8 साल तू मेरे को आई मैं बना दू कोई गल नहीं एक साल कोई गल नहीं तेरा तुम गरीब बंदे चल कोई गल नहीं उधर उधर मैं कर दूंगा बन जूगी बनूगी सारे पिंड तू कि रहेगी मैं पता नहीं चल की कुछ लेके आना मैं दस दे आधार कार्ड ला वोट कार्ड ला आप जाके पहला उसे फटाया मेरे ता सारे सारे पिंड दे कम कराउंदा है बिना आखे तो ही आप दे आप ही देख लैंदा वी आ कम कराउण वाला है चल जिउंदा रही वड्डी सारी उम्र हो गई ले ओहो पहला आ जांदी सेबा वाले मुरब्बे नालों वध ताकत है गाजरां दे मुरब्बे यही मंगाउनी आ मैं चल कोई ना चार पंपा नहीं मारा तां पंप दूंगी अपना की जांदा मैं फिर भेजूंगी उहनूं वी गाजरां दा लेके आई करते आए ओए लत्तां दुखण लग गया आ गया जी की हो गया ओ क्यों इन्ने गेड़े लवा दे मेरे तड़के सारा थक गया मैं आ चक ला लत्तां दुखदियां ने हो ले कुट्टा नहीं बस लोड नहीं है कुट देनी है ना ना वो लेन दे बस इन्ने मैं कहंदी सी हां मैंने खबर पढ़ी खड़े लत्त थल्ले धर ले मैं खबर पढ़ी सी बिना सेबा ने मुरब्बे नाल ज्यादा ताकत गाजरां दे मुरब्बे चा ओ चल कोई ना सेबा ना खाला फिर गाजरां ले आवांगे आपा मैं नहीं मैं तो गाजरां दी ही खाऊंगी बस ओ च ताकत बाली आ ताकत ताकत नु करना की है ओ यार मैं मु नहीं जांदा बेइज्जती दो बारी करती उने मेरी गाजरां लिया दे हुण की मेरा मतलब की बना लिया 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 जा बाला सियाणा जा मैं पेके बजूंगी जे किन्ने प्यार नाल कही जांदी आ जरे धमकी देके मरबे लड़के कौन जाना तू कहेंगे मेरे का मरबा मैं नहीं लाया दिमाग ना खराब कर मेरा चल चंगा ऐ कर तू ना फिर धूप दी डब्बी लिया दे मुरब्बा खा ला धूप दी डब्बी हूं लिया दूंगा तेन 20 रुपए धूप दी डब्बी देगा चल चंगा मैं मुरब्बा आप ही मोड़ आऊंगी तू धूप दी डब्बी दे लिया दे मेनू कंजगले करवाएंगे तेरा खोलने बाद ढकने का मुड़के मोड़ना नहीं।
बाबा फोटो आओ तेरे सामने प्रकट हो डॉक्टर को ले जाऊंगा बाद च कही मेन आ चीज लिया दी जेड़ी चीज तू मेनू कही ओही गल कही तेनू एक लज सिख के चौड़ा होया फिरदा ओही अंग्रेज बन गया है अंबानी दुआ च नहीं मंगाउंदी मैं तो चीज मलंग बाबा दुआ च नहीं तू कहेंगी मेरे सारे ओरिजिनल ओरिजिनल ही है तू ओरिजिनल ही होंगी और की है ए च की मिलावट आंदी है कोई बाली सुडल जवान नहीं होए ना मैं बाहर जान दे हूं की करा मैं ओ चल तो मैं जाके आना माड़ा काम आ किते नहीं जाना ओ पिछो मैं जाना ला ओ की है किथे जाना किथे मर्जी जा हर दिमाग ना खराब कर जाना नहीं तू चल आए ओए चल आए ओए जे तो मुड़ के गया ना करो बाहर जिमें मेरी बात तोड़ी तेरी लत्तां तोड़ूंगा इसे नाली चल नहीं जाते चल चाह बना ले कॉफी ना बना ना तो बाय भाग जा होना बाय जा रे बाय जा ऐसा हम ना बाय जाए मंजे ना सुनता हमें आहो मेरे साले ये कुन्नी कुन्नी जना नहीं है बाहर भी नहीं जाना सोया चलनी।